ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈ ਰਜਨੀ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਿਸਮੁੰਦਰੀ ਦੀ ਹਾੜੀ ਮੌਕੇ ਦੇਸ਼ ਦੇ ਸਮੁੰਦਰੀ ਖੇਤਰ ਵੱਲੋਂ ਵਪਾਰੀ ਵਪਾਰ ਗਤੀਵਿਧੀਆਂ ਵਿੱਚ ਤੇਜ਼ੀ ਚਾ ਰਹੇ ਹੁਲਾਰੇ ਦਾ ਜ਼ਿਕਰ ਕੀਤਾ। ਬਾਬੂ ਜਗਜੀਵਨ ਰਾਮ ਨੂੰ ਉਹਨਾਂ ਦੀ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾ ਦੇ ਫੁੱਲ ਪੇਟ ਕੀਤੇ। ਕੇਂਦਰ ਸਰਕਾਰ ਹਵਾਈ ਅੱਡਿਆਂ ਨੂੰ ਚਿਹਰੇ ਦੀ ਪਛਾਣ ਕਰਨ ਵਾਲੀ ਪ੍ਰਣਾਲੀ ਲਾਅਸ ਕਰ ਰਹੀ ਹੈ। ਕੇਂਦਰੀ ਸੜਕੀ ਆਵਾਜਾਈ ਅਤੇ ਮੁੱਖ ਮਾਰਗਾਂ ਬਾਰੇ ਮੰਤਰੀ ਨਿਤਨ ਗਟਕੋਈ ਨੇ ਅੰਮ੍ਰਿਤਸਰ ਅਤੇ ਇਸ ਦੇ ਆਲੇ-ਕੁਆਲੇ ਬਣੇ ਪੁੱਲਾਂ ਨੂੰ ਪਿੱਲਰਾਂ ਵਾਲੇ ਪੁੱਲਾਂ 'ਚ ਤਬਦੀਲ ਕਰਨ ਦਾ ਪ੍ਰੋਸਾ ਦਿੱਤਾ। ਮੁਕੇਬਾਜ਼ ਮੋਨਿਕਾ ਨੇ THAILAND OPEN ਕੋ ਮੰਤਰੀ ਮੁਕਾਬੀ ਮੁਕਾਬਲੇ ਦੇ ਸੈਮੀਫਾਈਨਲ ਚ ਦਾਖਲਾ ਹਾਸਲ ਕੀਤਾ ਹੁਣ ਖਬਰਾਂ ਵਿਸਥਾਰ ਨਾਲ ਅੱਜ ਕੌਮੀ ਸਮੁੰਦਰੀ ਦਿਹਾੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਸਮੁੰਦਰੀ ਖੇਤਰ ਵਿੱਚ ਪਿਛਲੇ 8 ਸਾਲਾਂ ਦੌਰਾਨ ਕਈ ਨਵੀਆਂ ਉਚਾਈਆਂ ਨੂੰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਅਰਸੇ ਦੌਰਾਨ بندرਗਾਹਾਂ ਦਾ ਦਾਰਤ ਵਿਕਾਸ ਵੱਲ ਧਿਆਨ ਕੇਂਦ੍ਰਿਤ ਕੀਤਾ ਹੈ। ਅਜਿਹੇ ਉਪਰਾਲਿਆਂ ਨਾਲ ਸਮੁੰਦਰੀ ਖੇਤਰ ਨੇ ਵਪਾਰ ਤੇ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ 'ਚ ਅਹਿਮ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬੂ ਚੱਕ ਜੀਵਨ ਰਾਮ ਨੂੰ ਨਦੀ ਜਨਤੀ ਮੌਕੇ ਸ਼ਰਧਾ ਦੇ ਫੁੱਲ ਪੈਂਟ ਕੀਤੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ ਆਜ਼ਾਦੀ ਦੇ ਅੰਦੋਲਨ ਦੌਰਾਨ ਅਤੇ ਫਿਰ ਆਜ਼ਾਦੀ ਤੋਂ ਬਾਅਦ ਬਾਬੂ ਚੱਕ ਜੀਵਨ ਰਾਮ ਨੇ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਬਾਬੂ ਜੀ ਪ੍ਰਸ਼ਾਸਨਿਕ ਹੁਨਰ ਦੇ ਚਲਦਿਆ ਤਾਂ ਉਮਰ ਗਰੀਬਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਜ਼ਰਾਈਲੀ ਹਮਉਦਾ ਨਫਤਾਲੀ ਬੈਨਟ ਨਾਲ ਗੱਲ ਕੀਤੀ ਪਿਛਲੇ ਦਿਨਾਂ ਦੌਰਾਨ ਵਿਸ਼ਵ ਪੱਧਰ ਤੇ ਵਾਪਰ ਰਹੀਆਂ ਘਟਨਾਵਾਂ ਤੇ ਚਰਚਾ ਕੀਤੀ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਭਾਰਤ-ਇਜ਼ਰਾਈਲ ਸਹਿਯੋਗ ਦੀ ਸਮੀਖਿਆ ਵੀ ਕੀਤੀ। ਇੱਕ ਟਵੀਟ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਬਹੁਤ ਜਲਦੀ ਭਾਰਤ ਵਿੱਚ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸੁਕ ਨੇ। ਪ੍ਰਧਾਨ ਮੰਤਰੀ ਮੋਦੀ ਨੇ ਨਫਤਾਲੀ ਬੈਨਟ ਦੇ ਕੋਵਿਡ ਤੋਂ ਛੇਤੀ ਠੀਕ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਜ਼ਰਾਈਲ ਵਿੱਚ ਪਿਛਲੇ ਦਿਨੀ ਹੋਏ ਅਤਵਾਦੀ ਹਮਲਿਆਂ ਦੌਰਾਨ ਆਮ ਲੋਕਾਂ ਦੇ ਮਾਰੇ ਜਾਣ ਤੇ ਵੀ ਸੰਵੇਦਨਾ ਪ੍ਰਗਟ ਕੀਤੀ ਲੋਕ ਸਭਾ ਨੇ ਅਪਰਾਧੀਆਂ ਦੀ ਪਛਾਣ ਪ੍ਰਕਿਰਿਆ ਨਾਲ ਸੰਬੰਧਿਤ ਬਿੱਲ 2022 ਪਾਸ ਕਰ ਦਿੱਤਾ ਹੈ ਬਿੱਲ ਵਿੱਚ ਕਿਸੇ ਸਜ਼ਾ ਕੱਟ ਚੁੱਕੇ ਜਾਂ ਦੋਸ਼ੀ ਵਿਅਕਤੀ ਦੀ ਪਛਾਣ ਲਈ ਜੈਵਿਕ ਨਮੂਨੇ ਉਂਗਲੀਆਂ ਦੇ ਨਿਸ਼ਾਨ ਪੈਰਾਂ ਦੇ ਨਿਸ਼ਾਨ ਅਤੇ ਹੋਰ ਤਰ੍ਹਾਂ ਦੇ ਨਮੂਨੇ ਲੈਣ ਦਾ ਪ੍ਰਬੰਧ ਹੋਵੇਗਾ ਵਿਰੋਧੀ ਧਿਰ ਦੇ ਖੱਤਰੀਆਂ ਨੂੰ ਖਾਰਜ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਿੱਲ ਨੂੰ ਸਮੀਧੀ ਲੋੜ ਦੱਸਿਆ ਬਿੱਲ ਤੇ ਲੋਕ ਸਭਾ ਵਿੱਚ ਜ਼ੋਰਦਾਰ ਬਹਿਸ ਹੋਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਹ ਵੀ ਕਿਹਾ ਕਿ ਇਹ ਬਿੱਲ ਨਿੱਜਤਾ ਦੇ ਆਧਾਰ ਤੇ ਵਿਰੋਧ ਹੈ ਗ੍ਰਹਿ ਮੰਤਰੀ ਨੇ ਕਾਰਵਾਈ ਦੌਰਾਨ ਕਿਆ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਪੀੜਤਾ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾਈ ਉਹਨਾਂ ਦੱਸਿਆ ਹੈ ਕਿ ਬਿੱਲ ਵਿੱਚ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਕਿਸੇ ਅਪਰਾਧ ਤਹਿਤ ਦੋਸ਼ੀ ਠਹਿਰਾਏ ਗਏ ਜਾਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਸਰੀਰ ਬਾਰੇ ਜਾਣਕਾਰੀ ਰਿਕਾਰਡ ਚ ਰੱਖੀ ਜਾਵੇਗੀ ਜਿਸ ਵਿੱਚ ਵਿਅਕਤੀ ਦੀਆਂ ਉਂਗਲਾ ਦੇ ਨਿਸ਼ਾਨ ਪੈਰਾਂ ਦੇ ਨਿਸ਼ਾਨ ਅੱਖਾਂ ਦਾ ਨਮੂਨਾ ਉਸ ਦੀ ਫੋਟੋ ਜੈਵਿਕ ਨਮੂਨਾ ਜਿਵੇਂ ਕਿ ਖੂਨ ਦਾ ਨਮੂਨਾ ਅਤੇ ਉਸ ਦੇ ਦਸਤਕਤ ਆਦਿ ਸ਼ਾਮਲ ਹੋਣਗੇ ਇਹ ਨਮੂਨੇ ਮੈਜਿਸਟਰੇਟ ਦੀ ਹੁਕਮਾ ਤੋਂ ਬਾਅਦ ਲੈ ਜਾ ਸਕਦੇ ਨੇ ਪੁਲਿਸ ਸਟੇਸ਼ਨ ਦਾ ਐਸ ਐਚ ਓ ਜਾਂ ਹੈਂਡ ਕਨਸਟੇਬਲ ਅਤੇ ਜੇਲ੍ਹ ਦੇ ਵਾਰਡਨ ਤੋਂ ਉੱਪਰ ਦੇ ਰੈਂਕ ਦਾ ਪੁਲਿਸ ਅਧਿਕਾਰੀ ਵੀ ਸੈਂਪਲ ਲੈ ਸਕੇਗਾ ਨਮੂਨੇ ਤੋਂ ਪ੍ਰਾਪਤ ਡਾਟਾ ਰੱਖਣ ਦੀ ਜ਼ਿੰਮੇਵਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਹੋਵੇਗੀ ਇਹ ਡਾਟਾ 75 ਸਾਲ ਤੱਕ ਸੁਰੱਖਿਅਤ ਰੱਖਿਆ ਜਾਵੇਗਾ ਇਸ ਤੋਂ ਬਾਅਦ

उसको व्यक्ति की स्वतंत्रता और ह्यूमन राइट के एंगल से भी काफी सारे सदस्यों ने इस पर चिंता व्यक्त करी है चिंता उनकी व्याजिब है परंतु इस सब का इसके अंदर उनकी चिंताओं की भी चिंता इसके अंदर कर ली गई है वो बाद में मैं जब जवाब दूंगा तब बताऊंगा इसके साथ साथ भारत सरकार मोदी जी के नेतृत्व में एक नया मॉडल प्रिजन एक्ट भी मैनुअल भी बना रहा है जो हम राज्यों को यहां से भेजेंगे मॉडल प्रिजन मैनुअल के नाम से वो प्रिजन मैनुअल भेजने के बाद कई सारी चिंता है जो इसके अंदर कवर हो जाएगी ਕੇਂਦਰ ਸਰਕਾਰ ਹਵਾਈ ਅੱਡਿਆਂ ਨੂੰ ਚਿਹਰੇ ਦੀ ਪਛਾਣ ਪ੍ਰਣਾਲੀ ਨਾਲ ਲੈਸ ਕਰਨ ਲਈ ਕੰਮ ਕਰ ਰਹੀ ਹੈ ਰਾਜ ਸਭਾ ਦੇ ਕੇਂਦਰੀ ਸੇਵਲ ਹਵਾਬਾਜ਼ੀ ਰਾਜ ਮੰਤਰੀ ਵੀਕੇ ਸਿੰਘ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੰਦੇ ਹ ਦੱਸਿਆ ਕਿ ਅਗਲੇ ਸਾਲ ਮਾਰਚ ਮਹੀਨੇ ਤੱਕ ਦਿੱਲੀ ਕੋਲਕਾਤਾ ਵਾਰਾਨਸੀ ਪੂਨੇ ਵਿਜੇਵੜਾ ਬੈਂਗਲੁਰੂ ਅਤੇ ਹైదరాబాద్ ਦੇ ਹਵਾਈ ਅੱਡਿਆਂ ਵਿੱਚ ਇਸ ਪ੍ਰਣਾਲੀ ਦਾ ਪਹਿਲਾ ਪੜਾ ਲਾਗੂ ਕਰ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਨਾ ਹਵਾਈ ਅੱਡਿਆਂ ਦੇ ਸਫ਼ਰ ਲਈ ਰਜਿਸਟ੍ਰੇਸ਼ਨ ਦੇ ਨਾਲ ਡੀਜੀ ਯਾਤਰਾ ਬਾਇਓਮੈਟ੍ਰਿਕ ਬੋਰਡਿੰਗ ਸਿਸਟਮ ਦੀ ਸ਼ੁਰੂਆਤੀ ਜਾਂਚ ਵੀ ਪੂਰੀ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਚਿਹਰੇ ਦੀ ਪਛਾਣ ਪ੍ਰਣਾਲੀ ਮੁਸਾਫਰਾਂ ਨੂੰ ਹਵਾਈ ਅੱਡਿਆਂ ਤੇ ਸਹਿਜ ਅਤੇ ਮੁਸ਼ਕਲ ਰਹਿਤ ਤਜਰਬਾ ਪ੍ਰਦਾਨ ਕਰਨ ਲਈ ਸਰਕਾਰ ਦੀ ਡੀਜੀ ਯਾਤਰਾ ਪਹਿਲ ਕਦਮੀ ਦਾ ਹਿੱਸਾ ਹੈ ਹੁਣ ਤੱਕ ਦੇਸ਼ ਦੇ 48% ਤੋਂ ਵੱਧ ਪਿੰਡੂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਵਿੱਚ ਟੂਟੀ ਦਾ ਪਾਣੀ ਸਪਲਾਈ ਕੀਤਾ ਜਾ ਚੁੱਕਿਆ ਹੈ। ਰਾਜ ਸਭਾ ਵਿੱਚ ਇੱਕ ਸਵਾਲ ਦੀ ਲਿਖਤੀ ਜਵਾਬ ਦੇ ਵਿੱਚ ਜਲ ਸ਼ਕਤੀ ਰਾਜ ਮੰਤਰੀ ਪਹਿਲਾਦ ਸਿੰਘ ਪਟੇਲ ਨੇ ਦੱਸਿਆ ਕਿ ਹੁਣ ਤੱਕ ਦੇਸ਼ ਦੇ 19 ਕਰੋੜ 32 ਲੱਖ ਪਿੰਡੂ ਪਰਿਵਾਰਾਂ ਵਿੱਚੋਂ 9 ਕਰੋੜ 35 ਲੱਖ ਘਰਾਂ ਵਿੱਚ ਟੂਟੀ ਨਾਲ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੋਆ, ਤੇਲੰਗਾਨਾ, ਹਰਿਆਣਾ, ਪੁੱਡੂਚੇਰੀ, ਅੰਡੇਮਾਨ ਅਤੇ ਨਿਕੋਬਰ, ਦਾਦਰਾ, ਨਗਰ ਹਵੇਲੀ ਅਤੇ ਦਮਨ ਅਤੇ ਦਿਉ ਵਿੱਚ ਸਾਰੇ ਪਿੰਡੂ ਘਰਾਂ ਟੂਟੀ ਦੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਜਲਜੀਵਨ ਮਿਸ਼ਨ ਤਹਿਤ 2022-23 ਦੌਰਾਨ ਲਗਭਗ 3 ਕਰੋੜ 80 ਲੱਖ ਪਿੰਡੂ ਪਰਿਵਾਰਾਂ ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਪਟੇਲ ਨੇ ਦੱਸਿਆ ਕਿ ਇਸ ਮੰਤਵ ਲਈ 60 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਨੇ ਅੰਮ੍ਰਿਤਸਰ ਦੀ ਆਲੇ-ਦੁਆਲੇ ਬਣੇ ਪੁਲ ਛੇਤੀ ਹੀ ਪਿੱਲਰਾਂ ਵਾਲੇ ਪੁਲਾਂ ਵਿੱਚ ਤਬਦੀਲ ਕੀਤੇ ਜਾਣਗੇ ਇਸ ਤੋਂ ਇਲਾਵਾ ਪਵਿਕ ਵਿੱਚ ਬਣਨ ਵਾਲੇ ਪੁਲ ਵੀ ਹੁਣ ਪਿੱਲਰਾਂ ਤੇ ਹੀ ਬਣਨਗੇ ਇਹ ਐਲਾਨ ਕੇਂਦਰੀ ਸੜਕੀ ਆਵਾਜਾਈ ਅਤੇ ਮੁਕਮਾਰਗਾਂ ਬਾਰੇ ਮੰਤਰੀ ਨਿਤਨ ਗੜਕਰੀ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨਾਲ ਇਕ ਰਸਮੀ ਮੁਲਾਕਾਤ ਤੋਂ ਬਾਅਦ ਕੀਤਾ ਕੱਲ ਸੰਸਦ ਪਵਨ ਵਿੱਚ ਪੰਜਾਬ ਕੌਮੀ ਮੁਕਮਾਰਗ ਅਤੇ ਪੰਜਾਬ ਦੇ ਸਰਹਦੀ ਜ਼ਿਲ੍ਹੇ ਅੰਮ੍ਰਿਤਸਰ ਦੀਆਂ ਸੜਕੀ ਆਵਾਜਾਈ ਸੰਬੰਧੀ ਇਲਾਕਾ ਵਾਸੀਆਂ ਅਤੇ ਦੂਰ ਨੇੜੇ ਆਉਣ ਵਾਲੀਆਂ ਯਾਤਰੀਆਂ ਦੀਆਂ ਮੁਸ਼ਕਲਾਂ ਕੇਂਦਰੀ ਸਾਹਮਣੇ ਰੱਖਣ ਲਈ ਔਜਲਾ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਨੀਤਨ ਗੜਕਰੀ ਨੇ ਪਾਰਤ ਮਾਲਾ ਪ੍ਰੋਜੈਕਟ ਦੇ ਬਾਰੇ ਚ ਵੀ ਔਜਲਾ ਨੂੰ ਦੱਸਿਆ ਮੁਲਾਕਾਤ ਦੌਰਾਨ ਔਜਲਾ ਨੇ ਕੌਮੀ ਰਾਜਮਾਰ 3 ਤੇ ਬਲੈਕਸਪੌਟ ਦੇ ਹਾਲ ਦੇ ਲਈ ਚੱਲ ਰਹੇ ਕਾਰਜਾਂ ਲਈ ਧੰਨਵਾਦ ਕਰਦਿਆਂ ਅੰਮ੍ਰਿਤਸਰ ਬਾਈਪਾਸ ਤੇ ਰੋਸ਼ਨੀ ਦਾ ਪ੍ਰਬੰਧ ਕਰਨ ਅਤੇ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ਤੇ ਮੁਰੰਮਤ ਕਾਰਜਾਂ ਨੂੰ ਛੇਤੀ ਸ਼ੁਰੂ ਕਰਾਉਣ ਦੀ ਬੇਨਤੀ ਵੀ ਕੀਤੀ ਪੰਜਾਬ ਸਰਕਾਰ ਨੇ 1992 ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਹੈ। ਯਾਦਵ ਨੂੰ ਇੱਕ ਕੰਮਵਾਦੂ ਚਾਰਜ ਤੇ ਤੌਰ ਤੇ ਸੌਂਪਿਆ ਗਿਆ ਹੈ। ਸੂਬਾ ਸਰਕਾਰ ਨੇ ਪੁਲਿਸ ਵਿੱਚ ਪ੍ਰਸ਼ਾਸਨਿਕ ਫੇਰ ਬਦਲ ਕਰਦਿਆਂ ਵਰਿੰਦਰ ਕੁਮਾਰ ਨੂੰ ਏਡੀਜੀਪੀ ਜੇਲ੍ਹਾਂ ਦਾ ਵਾਦੂ ਚਾਰਜ ਸੌਂਪਿਆ ਹੈ। ਪਹਿਲਾਂ ਇਸ ਜ਼ਿੰਮੇਵਾਰੀ ਨਿਭਾ ਰਹੇ ਪ੍ਰਵੀਨ ਕੁਮਾਰ ਸਿੰਘਾ ਨੂੰ ਫੌਰੀ ਡੀਜੀਪੀ ਦਫ਼ਤਰ ਚ ਰਿਪੋਰਟ ਕਰਨ ਦੇ ਲਈ ਕਿਹਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਸੰਬੰਧੀ ਹੁਕਮ ਬਾਤ ਵਿੱਚ ਜਾਰੀ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਨੂੰ ਵਿਸ਼ੇਸ਼ اجلاس ਦੌਰਾਨ ਚੰਡੀਗੜ੍ਹ ਪੰਜਾਬ ਨੂੰ ਸੌਂਪੇ ਜਾਣ ਸੰਬੰਧੀ ਪਾਸ ਕੀਤੇ ਗਏ ਮਤੇ ਤੋਂ 4 ਦਿਨ ਬਾਅਦ ਅੱਜ ਹਰਿਆਣਾ ਸਰਕਾਰ ਨੇ ਵੀ ਇੱਕ ਦਿਨਾਂ ਵਿਸ਼ੇਸ਼ اجلاس ਸਦਿਆ ਹੈ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਜ ਦੇ اجلاس ਦੌਰਾਨ ਚੰਡੀਗੜ੍ਹ ਤੇ ਹਰਿਆਣੇ ਦੇ ਹੱਕ ਸਮੇਤ ਐਸਵਾਈਐਲ ਬਾਰੇ ਮਤਾ ਪੇਸ਼ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਰਵੱਈਏ ਖਿਲਾਫ ਤੇ ਹੋਰ ਹਰਿਆਣੇ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ਬਾਰੇ ਮਤੇ ਪਾਸ ਕੀਤੇ ਜਾ ਸਕਦੇ ਨੇ ਸਟੈਂਡ ਅਪ ਇੰਡੀਆ ਦੀ ਅੱਜ 6ਵੀਂ ਵਰੇਗੰਢ ਮਨਾਈ ਜਾ ਰਹੀ ਹੈ ਇਸ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 133995 ਖਾਤਿਆਂ ਨੂੰ ਸਟੈਂਡ ਅਪ ਇੰਡੀਆ ਸਕੀਮ ਤਹਿਤ 20160 ਕਰੋੜ ਰੁਪਏ ਤੋਂ ਵੱਧ ਰਕਮਾਂ ਦੀ ਮਨਜ਼ੂਰੀ ਦਿੱਤੀ ਗਈ ਹੈ ਸਟੈਂਡ ਅਪ ਇੰਡੀਆ ਸਕੀਮ ਪ੍ਰਧਾਨ ਮੰਤਰੀ ਮੋਦੀ ਵੱਲੋਂ 5 ਅਪ੍ਰੈਲ 2016 ਨੂੰ ਸ਼ੁਰੂ ਕੀਤੀ ਗਈ ਸੀ ਇਹ ਸਕੀਮ ਆਰਥਿਕ ਸਸ਼ਕਤੀਕਰਨ ਅਤੇ ਰੋਜ਼ਗਾਰ ਸਿਰਜਣ ਤੇ ਧਿਆਨ ਕੇਂਦਰਿਤ ਕਰਨ ਦੀ ਸੋਚ ਨਾਲ ਜ਼ਮੀਨੀ ਪੱਧਰ ਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ 2019 ਵਿੱਚ ਇਸ ਸਕੀਮ ਨੂੰ 2025 ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਸੀ ਇਹ ਸਕੀਮ ਐਸਸੀ ਐਸਟੀ ਅਤੇ ਮਹਿਲਾ ਉਦਮੀਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਨਾਲ-ਨਾਲ ਉਨ੍ਹਾਂ ਦੀ ਊਰਜਾ ਅਤੇ ਉਤਸ਼ਾਹ ਦਾ ਸਮਰਥਨ ਕਰਨ ਅਤੇ ਉਨ੍ਹਾਂ ਦੇ ਰਾਹ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਸੋਚ ਨਾਲ ਸ਼ੁਰੂ ਕੀਤੀ ਗਈ ਸੀ ਭਾਰਤੀ ਮੁਕੇਬਾਸ ਮੋਨਿਕਾ ਨੇ ਕੱਲ ਫੁਕੇਟ ਵਿਚ THAILAND OPEN ਕੋ ਮਾਂਦਰੀ ਮੁਕੇ ਬਾਜ਼ੀ ਮੁਕਾਬਲੇ ਵਿੱਚ ਦੋ ਵਾਰ ਵਿਸ਼ਵ ਚੈਂਪੀਅਨ ਰਾਹੀ ਫਿਲੀਪੀਨਸ ਦੀ ਜੋਸੀ ਗਾਬੂ ਕੋ ਨੂੰ ਹਰਾ ਕੇ ਔਰਤਾਂ ਦੇ 48 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ 'ਚ ਦਾਖਲਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਮੈਂ ਸਟੂਡੀਓ ਤੋਂ 마ਸਕ ਲਗਾ ਕੇ ਬਾਹਰ ਜਾ ਰਹੀ ਆਂ ਤੇ ਤੁਸੀਂ ਵੀ ਕਰੋ ਬਾਹਰ ਨਿਕਲਣ ਲੱਗੇ 마ਸਕ ਜ਼ਰੂਰ ਪਹਿਨੋ। ਦਿਓ ਆ ਗਿਆ। ਨਮਸਕਾਰ